यार मैनू तो डॉक्टर ने यह कहा, कहिंदा 2 महीने ना दुध च हल्दी पा के पी, क्यों आ खैर रंग रुंग भी कहिंदा गोरा हो जी। वो माड़ा जिहा हुंदा ना यार, सुते पे सवेरे जोड़ जोड़ दुखदे आ, तैनूं पता परसों पानी लाया, तो परसों भी पानी ला के जिसम दुखे सारा। हाँ तो कोई नहीं, पी लिया कर दुध, तू कड़ा कितने बाहरों लैन जाना। शुक्र शुक्र बस ये आ के हुण अपना काम कार करो। उतना लानी भाई, ठीक है भाजी, अपने मजे करो। चौल ही है बस, अल्लाह ताला दुआ दू सलाम बड़ी बेनियाज है। हां तो कहना चलिए यार, वो यार तू अपनी गल कर, हो जाता डेरा चढ़ के चल जाना कितने, इधर सेध दे तू, इधर ना देख ही ना, इधर की करना आ गया, एंजॉय करो दफा कर परे। बस जी राह देख लिया, मन लगा मसेरा दे ब्याह ते फिर स्वाद आए ने। हैं अस्सलाम वालेकुम जी, चली ही डिया मामा पैसे च। वालेकुम सलाम जी। अस्सलाम वालेकुम भाई। वालेकुम सलाम जी, ठीक है, की हाल ठीक ठाक हो? शुक्र अल्लाह, तबीयत ठीक है जी। हां जी अल्लाह दा करम, खैर ना आया अज मामला करना आया कि ओदन गलत हो गया। मैं भाजी नूं कहा वा, मैं लैके चलो भाजी नूं कोले, मैं सॉरी करा जो भी मेरे को गलती कुताई हुई। मैंने तो नहीं पता है, मैं आपके होश वास च नहीं है सर, लेकिन पानी कहते मैंने अच्छा नहीं लगता, बंदा प्यार वाले जी है तो अलग वास्ता वा, तो मैं चलो मैं माफ़ी मांग लेना। हाँ जी माफ़ी चाहते हैं थोड़े को। उन्हें भाजन उदो की बहुत माड़ी साढ़े नाल, मतलब एक सानू तो हाले भी नहीं यकीन आन दिया जो भी लाती इन्नी खिंची है, ਵਿਆਹ ਸਾਨੂੰ ਵੇਖਣਾ ਭਾਰੀ ਹੋ ਗਿਆ। ਸਾਰੀ ਰਾਤ ਮੈਂ ਦੂਸਰੇ ਮੰਜੇ ਤੇ ਲੱਤ ਰੱਖ ਕੇ ਪਿਆ ਰਿਹਾ, ਪੱਟ ਤੱਕ ਖਿੱਚ ਜਾਂਦੀ, ਹਲੇ ਮਾੜਾ ਸਹੀ ਹੋਇਆ, ਤੁਸੀਂ ਫੇਰ ਆ ਗਏ ਲੈ ਕੇ ਉਹਨੂੰ। ਇਹ ਤੇ ਉਦੋਂ ਇੰਜ ਸੀ ਜਿਵੇਂ ਉਹਨੂੰ ਰਕਸ਼ਾ ਸਮਝਣ ਡਿਆ, ਮਿੰਟ ਕੁ ਬਾਅਦ ਕਿੱਕ ਚੱਕ ਲੈਂਦਾ ਸੀ। ਨਹੀਂ ਅੱਲਾ ਦਾ ਸ਼ੁਕਰ ਆ ਹੁਣ ਨਾਰਮਲ ਆ, ਉਹ ਬਾਬੇ ਹੋਰਾਂ ਕੋਲ ਤਵੀ ਧਾਗਾ ਲਿਆ ਵਾ ਤਾਂ ਠੀਕ ਆ। ਕਿਹੜਾ ਬਾਬਾ? ਠੀਕ ਹੈ ਬਾਬਾ ਪਰਥੂ ਸਾਈਂ, ਗੱਲਾਂ ਕਰਦੇ ਯਾਰ। ਹਾਂਜੀ ਮਾਲਕ ਦਾ ਸ਼ੁਕਰ, ਹੁਣ ਤਾਂ ਮੈਂ ਪਾਣੀ ਕੰਮ ਤੇ ਵੀ ਲੱਗ ਗਿਆ ਵਾਂ, ਮੇਰਾ ਰੋਜ਼ਗਾਰ ਸੋਹਣਾ ਚੱਲ ਗਿਆ, ਮੈਂ ਆਪਣੇ ਪੂਰੇ ਹੋਸ਼ ਵਾਸਤੇ ਮਾਲਕ ਨੇ ਕਰਮ ਕੀਤਾ, ਸੇਧ ਦਿੱਤੀ, ਸ਼ੁਕਰ ਅਲਹਮਦੁਲਿਲਾ। ਠੀਕ ਆ ਰਿਹਾ ਜੀ ਜੀ, ਬਿਸਮਿਲ੍ਲਾ। ਅੱਖਾਂ ਖੋਲ ਲੈ। हाँ जी हाँ जी भैन, वो गल नहीं हैगी, सिर्फ इस वास्ते हाजिर हुए सी, उधरों आ रहे ना बाबा जी को, तो हाजिर इस वास्ते हुए सी कि लंघदे लंघदे तड़को माफ़ी मांग लईए इस गल दी। केड़े दिन आउने बाबे होणा ला? हैं केड़े केड़े दिन आउने बाबे होणा? बस जदों बाबा जी सद लैण, उह सानू भी दस दिया करो, असीं ना इत्थे होया करिए। नहीं नहीं हुण तां मामला खत्म हो गया ना जी, ਹੁਣ ਸਾਡਾ ਇਧਰ ਗੇੜਾ ਨਹੀਂ ਲੱਗਣਾ। ਉਸ ਦਿਨ ਵੀ ਕਿਹਾ ਸੀ ਵੀ ਇਹ ਡਾਕਟਰਾਂ ਦੇ ਕੰਮ ਕੰਮ ਨਹੀਂ, ਡਾਕਟਰ ਬਾਬਾ ਜੀ ਨੇ ਕਰਤਾ। ਉਹ ਕਹਿੰਦਾ ਬਾਬਾ ਜੀ ਕੋ ਠੀਕ ਹੋਏ ਆ, ਉਹ ਤਾਂ ਭਾਣੇ ਮੈਂ ਡਾਕਟਰ ਕੋਲੇ ਆਪ ਡਿਸਪੈਂਸਰ ਆ। ਹਾਂ ਹਾਂਜੀ ਮੈਂ ਡਿਸਪੈਂਸਰ ਦੀ ਜੌਬ ਕਰਦਾ ਵਾਂ, ਡਾਕਟਰ ਸਾਹਿਬ ਜਿਵੇਂ ਮਰੀਜ਼ਾਂ ਨੂੰ ਸਾਡੇ ਮੱਲੇ ਨਾ ਸ਼ਹਿਰੋਂ MBBS ਡਾਕਟਰ ਹੁੰਦਾ ਨਾ, ਹਾਂਜੀ, ਤੇ ਉਹ ਫਿਰ ਇਹ ਆ ਕਿ ਉਹਨੇ ਸ਼ਾਮ ਨੂੰ 4 ਵਜੇ ਆਉਣਾ ਹੁੰਦਾ, ਹਾਂਜੀ, ਤੇ ਇਹਨੇ 2 ਵਜੇ ਕਲੀਨਿਕ ਖੋਲ ਕੇ ਸਾਫ਼ ਸੁਥਰਾ ਕਰਕੇ ਧੋ ਸੁਆਰ ਕੇ ਮਰੀਜ਼ ਪਹਿਲੇ ਆ ਜਾਂਦੇ ਨੇ, ਫਿਰ ਡਾਕਟਰ ਸਾਹਿਬ ਜਿਹੜੇ ਨੇ ਉਹ ਪਰਚੀਆਂ ਲਿਖੀ ਜਾਂਦੇ ਆ, ਇਹ ਫਿਰ ਟੀਕੇ ਵੀ ਲਾਉਂਦਾ ਹੈ, ਉਹਨਾਂ ਨੂੰ ਪੁੜੀਆਂ ਬੰਨ ਕੇ ਵੀ ਦਿੰਦਾ, ਸੀਰਪ ਵੀ ਦਿੰਦਾ, ਮਿਕਸਚਰ ਵੀ। ਇਹ ਪਤਾ ਛੀ ਮੈਂ ਕਿਹੜਾ ਕੰਮ ਹੋਇਆ ਜੀ? ਕਿਹੜਾ ਕੰਮ? ਉਹ ਮਰੀਜ਼ ਹੈ ਨਾ, ਉਹਨੂੰ ਡਾਕਟਰ ਨੇ ਮਹੀਨੇ ਹੀ ਦਵਾਈ ਦਿੱਤੀ ਤੇ ਉਹਨੇ ਆਣ ਕੇ ਆਪਣਾ ਕਲੀਨਿਕ ਖੋਲ ਲਿਆ। ਨਹੀਂ ਉਹਦਾ 12-13 ਸਾਲ ਦਾ ਤਜਰਬਾ ਹੈ, 12 ਡਿਸਪੈਂਸਰ ਆ 12-13 ਸਾਲ ਤੋਂ, ਉਹ ਤੇ ਬਸ ਇੱਕ ਜਿੰਨ ਚਿੰਬੜੇ ਤੇ ਉਸ ਵਜ੍ਹਾ ਤੋਂ ਜ਼ਰਾ ਪ੍ਰੋਬਲਮ ਹੋ ਗਈ ਸੀ। ਨਹੀਂ ਆ ਤੁਸੀਂ ਆ ਕੁਝ ਦਿਨ ਪਹਿਲੇ ਤੇ ਸਾਨੂੰ ਇਹ ਪਾਗਲ ਬਣ ਕੇ ਆਇਆ ਸਾਡੇ ਕੋਲ, ਪਾਗਲ ਸੀ ਇੰਨੇ ਦਿਨਾਂ ਚ ਕਿਹੜਾ ਕੋਰਸ ਕਰ ਲਿਆ ਇਹਨੇ? ਨਹੀਂ ਨਹੀਂ ਉਸ ਤੋਂ ਪਹਿਲੇ ਵੀ 12-13 ਸਾਲਾਂ ਤੋਂ ਡਿਸਪੈਂਸਰ ਆਏ, ਟੀਕੇ ਲਾਉਂਦਾ ਰਿਹਾ। ਜੀ 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 ਇਹ ਤਾਂ ਸਿਰਫ ਆ ਮਾਮਲਾ, ਉਹ ਕਿਤੇ ਬਾਹਰਲੀ ਸ਼ਾਇਦ ਕੋਲ ਆਈ ਹੈ ਦਵਾਈ ਲੈ, ਇਹਨੇ ਉਹਨੂੰ ਟੀਕਾ ਲਾਇਆ ਵਾ, ਉਹਨੂੰ ਦਰਦ ਬਹੁਤੀ ਹੋਈ, ਉਹਨੂੰ ਉੱਠ ਕੇ ਜੱਫੀ ਪਾ ਲਈ, ਉਹ ਫਿਰ ਇਹਨੂੰ ਚੰਬੜੀ ਆ। ਨਹੀਂ ਨਹੀਂ ਜਿਹਨਾਂ ਤਾਂ ਮੱਝ ਦਾ ਸੀਗਾ ਨਾ ਜੀ, ਮੱਝ ਦਾ ਜਿੰਨ ਸੀਗਾ, ਮੇਰੇ ਮਾਲਕ ਦਾ ਹੀ ਰੰਗ ਆ, ਬਸ ਅੱਲਾਹ ਪਾਕ ਕਾਬਲ ਹੈ। ਦੇਖੋ ਜੀ ਅੱਲਾਹ ਪਾਕ ਜਦੋਂ ਸ਼ਿਫਾ ਦੇਣ ਲੱਗੇ ਨਾ, ਹਾਂਜੀ, ਤੇ ਸਵਾਦ ਦੀ ਚੁੰਡੀ ਤੋਂ ਦੇ ਦਿੰਦਾ। ਇਹ ਨਹੀਂ ਕੋਈ ਪਤਾ ਹੁੰਦਾ ਕਿ ਸ਼ਿਫਾ ਸ਼ਿਫਾ ਮਿਨ ਜਾਨਬ ਅੱਲਾਹ, ਸ਼ਿਫਾ ਮੇਰੇ ਸੋਹਣੇ ਰੱਬ ਕੋਲ ਆ। ਸ਼ੁਕਰ ਉਹਦਾ ਵਸੀਲਾ ਡਾਕਟਰ ਬਣ ਜਾਵੇ, ਕੋਈ ਬਾਬਾ ਬਣ ਜਾਵੇ, ਤੂੰ ਬਣ ਜਾਵੇ, ਮੈਂ ਬਣ ਜਾਵਾਂ, ਇਹ ਬਣ ਜਾਵੇ, ਜਿਹੜਾ ਮਰਜ਼ੀ ਬਣ ਜਾਵੇ, ਸ਼ਿਫਾ ਸਿਰਫ ਪਰੇਸ਼ਾਨ ਆਏ ਸੀ ਉਸ ਦਿਨ, ਤੈਨੂੰ ਪਤਾ ਨਾ ਤੂੰ ਕੀ ਹਰਕਤਾਂ ਕਰਨ ਰਿਹਾ ਸੀ। ਮੈਨੂੰ ਦੱਸਿਆ ਨਾ ਕਿ ਤੂੰ ਏਦਾਂ ਏਦਾਂ ਕਰਦਾ ਰਿਹਾ, ਤੇ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਤੈਨੂੰ ਪਤਾ ਹੈ ਕੀ ਕੀ ਉਹਦਾ? ਮੈਨੂੰ ਸਰ ਨਹੀਂ ਪਤਾ, ਮੈਨੂੰ ਤਾਂ ਭਾਵੇਂ ਤੁਸੀਂ ਖੂਹ 'ਚ ਵੱਢ ਕੇ ਵੀ ਸੁੱਟ ਦਿਓ, ਮੈਨੂੰ ਕੀ ਪਤਾ, ਮੈਂ ਤਾਂ ਆਪਣੇ ਆਪ 'ਚ ਹੈ ਹੀ ਨਹੀਂ ਸੀ। ਮੇਰਾ ਵੀਰ ਜੇ ਰੱਬ ਨੇ ਤੈਨੂੰ ਸ਼ਿਫਾ ਦੇ ਦਿੱਤੀ ਆ, ਮੈਨੂੰ ਖੁਸ਼ੀ ਹੋਈ ਹੈ ਜਾਣ ਕੇ। ਨੈਕਸਟ ਟਾਈਮ ਨਾ ਕਿਤੇ ਇਕੱਲਿਆਂ ਲੰਘਣਾ, ਨਾ ਕਿਤੇ ਬੋਰਡ ਥੱਲੇ ਬਹਿ ਕੇ ਕੋਈ ਹੌਲਾ ਕੌਲਾ ਕਰਨਾ, ਭਾਈ ਕੋ ਪੁੱਛ ਕੇ ਜਾਇਆ ਕਰੋ, ਅੱਲਾਹ ਤੁਹਾਡੀ ਖੈਰ ਕਰੇ, ਮੈਨੂੰ ਖੁਸ਼ੀ ਹੋਈ ਹੈ ਭਾਜੀ ਇਹ ਠੀਕ ਹੋਇਆ, ਅੱਲਾਹ ਦਾ ਸ਼ੁਕਰ। ਮੈਂ ਤਾਂ ਮੇਰਾ ਭਰਾ ਵਾ ਵੱਡਾ, ਮੈਂ ਤਾਂ ਸਾਲ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਜਿਵੇਂ ਮੈਨੂੰ ਇਹਨੇ ਸਾਂਭਿਆ ਵਾ।
मालिक ने मामला तेरा ठीक करता कौन आज तेन माफी ना जो अल्लाह पाक ने रहमत कर दी है अल्लाह पाक खाना पीना की है बस अल्लाह पाक ਜਿੰਨੇ ਲੋਕ ਹਸਪਤਾਲਾਂ 'ਚ ਨੇ ਸਭ ਨੂੰ ਸਿਹਤ ਤੰਦਰੁਸਤੀ ਦੇਵੇ ਆਮੀਨ ਜਿਹੜੇ ਘਰਾਂ 'ਚ ਬਿਮਾਰ ਨੇ ਅੱਲਾਹ ਪਾਕ ਉਹਨਾਂ ਤੇ ਆਪਣੀ ਰਹਿਮਤ ਰੱਖੇ ਆਮੀਨ ਜਿੱਦਾਂ ਅੱਲਾਹ ਪਾਕ ਨੇ ਸਾਡੇ ਤੇ ਰਹਿਮਤ ਕੀਤੀ ਕੁੱਲ ਜਹਾਨ ਤੇ ਕਰੇ ਆਮੀਨ ਅੱਲਾਹ ਪਾਕ ਕਰੇ ਕਦੀ ਕਿਸੇ ਸ਼ਖਸ ਦੇ ਉੱਤੇ ਮੁਸੀਬਤ ਨਾ ਪਵੇ ਆਮੀਨ ਅੱਲਾਹ ਪਾਕ ਬਿਮਾਰੀ ਤੋਂ ਐਕਸੀਡੈਂਟ ਤੋਂ ਕਿਸੇ ਵੀ ਆਫਤ ਤੋਂ ਹਮੇਸ਼ਾ ਸਭ ਨੂੰ ਕੁੱਲ ਜਹਾਨ ਨੂੰ ਮਹਿਫੂਜ਼ ਰੱਖੇ ਆਮੀਨ ਅੱਲਾਹ ਪਾਕ ਕੁੱਲ ਜਹਾਨ ਨੂੰ ਕੇਸ ਤੋਂ ਹਸਪਤਾਲ ਤੋਂ ਮੁਸੀਬਤਾਂ ਤੋਂ ਬਚਾਵੇ ਆਮੀਨ ਜੀ ਆਮੀਨ ਆਮੀਨ ਤੁਸੀਂ ਵੀ ਕਾਰੀ ਸਾਹਿਬ ਆ ਚੱਕ ਲਓ ਨਾਲੇ ਹਜੇ ਰਹਿੰਦੀਆਂ ਦੁਆਵਾਂ ਅੱਲਾਹ ਪਾਕ ਸਭ ਦੀ ਖੈਰ ਕਰੇ ਆਮੀਨ ਕਰ ਭਲਾ ਤੋ ਹੋ ਭਲਾ ਆਮੀਨ ਆਮੀਨ ਅੰਤ ਭਲੇ ਕਾ ਭਲਾ ਆਹਾ ਆਮੀਨ 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 ਸੁਮਾ ਆਮੀਨ 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 ਤੇ ਬਸ ਇਹ ਆ ਕਿ ਬੜੀਆਂ ਨੇਕ ਰੂਹਾਂ ਯਾਰ अच्छा सोचना हक च दुआई करना चाहे कोई वैरी दुश्मन भी है वाह वाह उनका भला सोचोगे अल्लाह ताला दी जात दा फैसला है ताडा ऑटोमेटिक भला हो जाएगा वाह 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 मुंडा पूरी तरह ठीक हो गया माशाल्लाह मेनू खुशी होई जवान बड़ी मेहरबानी जिद्दो दिल करे बिस्मिल्लाह जी आ इथे डेरे ते आ जा रोटी नु दिल करदा पानी नु दिल करदा आके इंज ही दसना जिवें अपने घर बंदा ए तुसी दोवें भरा बसां बुसां च भी वड़ जन्ने आ नहीं नहीं खान पीन परहेज नहीं बाबा जी ने सिर्फ दो गल्लां दसियां एक तो वड्डा गोश्त नहीं खाना आ कई बाबे मना कर दे हां जी अपने डेरे ते आई इन पेखो मना किया के माझल वेखन ना कि गल माझ खलोती जो हूं सही हो गया मुंडा उन्हें कहा कि माझ नाल आमना सामना ना हो उन्हें कहा सीगा कि जदों भी ना यदि मझ ते नज़र पई तो दौरा इन फिर पै जाना ओए की कराई खूह च पै गई मतलब की मतलब सीधे बाबे दे कोलों घर ही चले जांदे कानू माफी मंगण आ गए इत्थे नहीं ठीक नहीं मुंडा तुसीं करा देना है की इहदा शक पै रिहा है कि कोई कम जिहड़ा ना दोबारा ओ ठीक है ओ ठीक नहीं ओ हेलो वीर छीमें तेरा भाण जा निगा ओ यार ठीक है हुण गल्ला चल ठीक है फिर किस कर ला इहदा ओ देख लो ती मज आ परसों लई है भाई होर ना दिखाई जाओ यार उने एक बारी देख ली काम ते पै गया मैनूं लगदा की मतलब है इनू फिर भाजी चक्को ते निकलो तुसी नहीं नहीं निकलना नहीं हुण 2 मिंट आराम कर लवे आ दौरा खत्म होएगा की रौला वा आ हुणे ते गल्ला करन दे आ चंगीआं भलीआं हुण की होया ओ डिस्पेंसरी चो बाहर निकल आए अल ओ ठंडा ओए ते वास्कट भी छलवा कमीज अंदर लाउन दे आ की होंदे आ इनू रौला की है तू सानू साडे पल्ले ते पा भाई भाई मैं अपनी जुत्ती संगावा इनू हैं हेलो इनू की होया इनू की किया सी ओए ओ मजा वे किन्नी खलोतियां जा वेख ला खेल ला जाके भाई साढ़े पाया मैमरी कार्ड पाया वा
ਜਦੋਂ ਤੁਹਾਨੂੰ ਜੇ ਪਤਾ ਇਹਨੂੰ ਮੱਝ ਦੇ ਮੱਥੇ ਨਹੀਂ ਲਵਾਣਾ ਤੁਸੀਂ ਇੱਥੇ ਲੈਣ ਕੀ ਆਏ ਆ ਓ ਯਾਰ ਅਸੀਂ ਤਾਂ ਮਾਫੀ ਮੰਗਣ ਆਏ ਸੀ ਨਾ ਓ ਯਾਰ ਸਾਡੇ ਵੱਲੋਂ ਮਾਫੀ ਮਾਫੀ ਅਸੀਂ ਕਦੋਂ ਤੁਹਾਡੇ ਵੱਲ ਸੱਦਾ ਭੇਜਿਆ ਕਿ ਅਸੀਂ ਤੁਹਾਨੂੰ ਜਾਨੋਂ ਮਾਰ ਦੇਣਾ ਓ ਯਾਰ ਨਹੀਂ ਇਹ ਗੱਲ ਨਹੀਂ ਹੈ ਤੇ ਮੈਂ ਕਿਹਾ ਚਲੋ ਹੁਣ ਮੁੰਡੇ ਨੂੰ ਆਰਾਮ ਆ ਗਿਆ ਬੰਦੇ ਦਿਲ 'ਚ ਯਾਰ ਕੀ ਕਰੀਏ ਯਾਰ ਮੈਂ ਤਾਂ ਭੈੜੀ ਕਿਸਮਤ ਨੂੰ ਤਾਂ ਨਾਲ ਹੀ ਆਵਾਜ਼ ਓ ਹੈਲੋ ਉੱਠੋ ਤੇਰਾ ਭਰਾ ਜਾਣ ਡਿਆ ਈ ਉੱਠ ਨਿਕਲਣ ਵਾਲੀ ਗੱਲ ਕਰ ਓ ਯਾਰ ਓਏ तेनू बात कर यार छिवे तू लत्ता घर रख के आया कर जदों इन्हें आना हुंदा थप्पड़ बड़ा भेड़ा लपेट के मारना तू ओ तू इन लैन के लैके कल इतना यार तू ओए बंदे दा पुत्र बाने बेशुमार बोल ओ 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